बिस्मिल्लाह रहमान रहीम। अस्सलाम वालेकुम दोस्तों, मैं तुहाडा वीर अब्दुल रज़ाक ते तुसी वेख रहे हो यूट्यूब देसी चैनल। तो अज की वीडियो जड़ी है ये आप छरी तुहानू मैं विखावगा, छरी ते गलबात करांगे कि छरी की काफ़ी भाई उन्होंने पनीरी लाई हुई सी, तो जड़ी चीज़ जड़ी भी ना उन्हू कोई चीज़ा ऐसिया ने कि जिन्हों गर्मी तो बचाना चाहिए, कोई ऐसिया ने कि इन्हों सर्दी तो बचाना चाहिए। छरी जड़ा सी इनू कोरा पिया है इस दफा काफ़ी पिया, तो थोड़े दिन ही है बरल वो कोरा नहीं पिया जड़े अपने वड़के मेरे वड़े बजुर्ग तुहाड़े बजुर्ग जड़े दसदे सन जड़े उन्होंने वक्त कोरा पिया वो ऐतकी नहीं पिया, दो तीन दिन ही पिया बरल कढ़ धूड़ दी कोरे ने काफ़ी पिया कोरे दे नाल। ਇਹ ਛਰੀ ਜਿਹੜੇ ਪੱਤੇ ਸਿੱਟ ਗਏ ਸੁੱਕ ਗਏ ਅਤੇ ਜਿਹੜੇ ਸਾਏ ਦੇ ਥੱਲੇ ਸਨ ਉਹ ਬਚ ਗਏ, ਉਹਨਾਂ ਦੀ ਮਾੜੀ ਮੋਟੀ ਬੱਚਤ ਹੋ ਗਈ। ਇਹ ਵਿੱਚੋਂ ਪੱਟੇ ਵੀ ਨੇ ਭਾਈ ਉਹਨਾਂ ਨੇ ਸੇਲ ਵੀ ਕਰਦੇ ਨੇ। ਛਰੀ ਜਿਹੜਾ ਇਹ ਬਹੁਤ ਜਲਦੀ ਤਿਆਰ ਹੋ ਜਾਂਦਾ ਫਾਰਮੀ ਛਰੀ, ਇਹ ਤਕਰੀਬਨ 7-7, 8-8 ਮਹੀਨਿਆਂ ਦੇ ਪੌਦੇ ਨੇ ਅਤੇ ਇਹ ਮਾਸ਼ਾਅੱਲਾ ਕਾਫ਼ੀ ਬੜੇ ਬੜੇ ਹੋਏ ਖੜ੍ਹੇ ਨੇ। ਇਹ ਵੇਖੋ ਇਹ ਛਰੀ ਜਿਹੜਾ ਇਹਨੂੰ ਤੁਸੀਂ ਪੌਦੇ ਦੇ ਵਿੱਚ ਵੀ ਲਾ ਸਕਦੇ ਹੋ, ਗਮਲੇ ਦੇ ਵਿੱਚ ਵੀ ਲਾ ਸਕਦੇ ਹੋ, ਇਹਨੂੰ ਜ਼ਮੀਨ 'ਤੇ ਵੀ ਲਾ ਸਕਦੇ ਹੋ, ਖਾਲੇ ਦੇ ਬੰਨੇ 'ਤੇ ਕਿਸੇ ਬੰਨੇ 'ਤੇ ਵੀ ਤੁਸੀਂ ਇਹਨੂੰ ਲਾ ਸਕਦੇ ਹੋ, ਯਾਨੀ ਕਿ ਇਹ ਫਸਲ ਦੀ ਜਗ੍ਹਾ ਨਹੀਂ ਰੋਕਦਾ। ਤੁਸੀਂ ਇਹਨੂੰ ਬੰਨੇ 'ਤੇ ਮਸਲਨ ਲਾ ਦਿਓਗੇ ਅਤੇ ਸਿੱਧਾ ਹੀ ਇਹਨੇ ਬੰਨੇ 'ਤੇ ਹੀ ਜਾਣਾ, ਫਸਲ ਦਾ ਇਹਨੂੰ ਕੋਈ ਨੁਕਸਾਨ ਨਹੀਂ ਅਤੇ ਨਾ ਇਹ ਫਸਲ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ। ਅਤੇ ਤਿਆਰ ਵੀ ਬੜੀ ਜਲਦੀ ਹੋ ਜਾਂਦਾ ਹੈ, ਇਹਦੀ ਛਾਂ ਬੜੀ ਬਿਹਤਰੀਨ ਹੁੰਦੀ ਹੈ। ਸਾਏ ਵਾਲਾ ਪੌਦਾ ਇਹ, ਸਾਏ ਵਾਸਤੇ ਬੜਾ ਕਾਮਯਾਬ ਪੌਦਾ, ਕਾਫ਼ੀ ਇਹਨਾਂ ਨੇ ਲਾਏ ਹੋਏ ਨੇ ਛਰੀ, ਅਤੇ 30 ਤੋਂ 50 ਰੁਪਏ ਦਾ ਪੌਦਾ ਦਿੰਦੇ ਨੇ, ਯਾਨੀ ਕਿ ਜਿਹੜਾ ਛੋਟਾ ਪੌਦਾ ਉਹ 30 ਰੁਪਏ ਦਾ, ਜਿਹੜਾ ਵੱਡਾ ਪੌਦਾ ਉਹ 50 ਰੁਪਏ ਦਾ। ਅਤੇ ਮੈਂ ਖੁਦ ਇਹਨਾਂ ਕੋਲ ਲੈ ਕੇ ਗਿਆ, ਲਾਏ ਨੇ ਛਰੀ ਮਾਸ਼ਾਅੱਲਾ, ਜਿਹੜੇ ਮੈਂ ਲੈ ਕੇ ਗਿਆ ਸਾ ਸਾਰੇ ਤਿਆਰ ਹੋ ਗਏ ਨੇ ਉਹਨਾਂ 'ਚੋਂ, ਯਾਨੀ ਕਿ ਕੋਈ ਸੁੱਕਿਆ ਨਹੀਂ, ਕੋਈ ਮੇਰਾ ਜਿਹੜਾ ਪੌਦਾ ਉਹ ਜ਼ਾਇਆ ਨਹੀਂ ਹੋਇਆ ਅਤੇ ਸਾਰੇ ਹੀ ਤਿਆਰ ਹੋ ਗਏ ਨੇ। ਇਹ ਕਾਫ਼ੀ ਯਾਨੀ ਕਿ ਜਲਦੀ ਤਿਆਰ ਹੁੰਦੇ ਨੇ ਫਾਰਮੀ ਛਰੀ, ਹੈ ਨਾ, ਦੇਸੀ ਜਿਹੜਾ ਉਹ ਦੇਰ ਨਾਲ ਹੁੰਦਾ। ਅਤੇ ਹੁਣ ਤਾਂ ਤਕਰੀਬਨ ਹਰ ਚੀਜ਼ ਹੀ ਫਾਰਮੀ ਚੱਲ ਪਈ ਹੈ, ਹਰ ਚੀਜ਼ ਜਿਹੜੀ ਮੌਸਮ 'ਚ ਤੁਸੀਂ ਚਾਹੋ ਉਸੇ ਮੌਸਮ 'ਚ ਹੋ ਜਾਂਦੀ ਹੈ। ਇਹ ਗਮਲੇ 'ਚ ਵੀ ਲੱਗ ਸਕਦਾ ਅਗਰ ਤੁਸੀਂ ਘਰ ਲਾਉਣਾ ਚਾਹੋ, ਸੇਨ ਦੇ ਵਿੱਚ ਲਾਉਣਾ ਚਾਹੋ ਤਾਂ ਘਰ ਵੀ ਇਹ ਲੱਗ ਸਕਦਾ, ਮੁਰੱਬੇ ਲਾਓ ਮੁਰੱਬੇ ਵੀ ਲੱਗ ਸਕਦਾ। ਸਾਏਦਾਰ ਪੌਦਾ ਇਹ, ਸਾਏ ਵਾਸਤੇ ਲਾਇਆ ਜਾਂਦਾ। ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਨਰਸਰੀ ਦੇ ਵਿੱਚ ਕਈ ਚੀਜ਼ਾਂ ਵਿਖਾਵਾਂਗੇ, ਪਰ ਅੱਜ ਦੀ ਵੀਡੀਓ ਦੇ ਵਿੱਚ ਇਹ ਸੀ ਛਰੀ ਸੀ। ਹੁਣ ਇਜਾਜ਼ਤ ਚਾਹਵਾਂਗੇ, ਅੱਲਾ ਹਾਫਿਜ਼।